ਸਰਦੀ ਜੀ ਦੀ ਬੰਦੇ ਦੀ ਹੈਗੀ ਹੈ ਮੇਰੇ ਹੱਥ ਦੇ ਵਿੱਚ ਇਹ ਡਰੱਗਿਸਟ ਬੰਦਾ ਪੁਲਿਸ ਦਾ ਪੰਜਾਬ ਸਰਕਾਰ ਦਾ ਬੰਦਾ ਹੋ ਕੇ ਡਰੱਗ ਲੈ ਕੇ ਪੂਰੀ ਇੱਥੇ ਗੱਡੀਆਂ ਗੱਡੀ ਭੰਨ ਕੇ ਘਰਾਂ ਦੇ ਵਿੱਚ ਮਾਰ ਕੇ ਇਹਨੇ ਇੱਥੇ ਲੇਕਿਨ ਇਹ ਵੀ ਜਾਨੀ ਮਾਲੀ ਨੁਕਸਾਨ ਪਰਮਾਤਮਾ ਦੀ ਵਜ੍ਹਾ ਕਰਕੇ ਮਿਹਰ ਕਰਕੇ ਕੁਛ ਨਹੀਂ ਹੋਇਆ ਬਚਾਅ ਹੋ ਗਿਆ ਲੇਕਿਨ ਇਹ ਬੰਦਾ ਇਹੋ ਜਿਹੀ ਡਰੱਗ ਇੰਨੀਆਂ ਲੈ ਚੁੱਕਾ ਕਿ ਇਹਦੇ ਕੋਲ ਚੱਲਣਾ ਵੀ ਖੜਨਾ ਮੁਸ਼ਕਿਲ ਹੋ ਚੁੱਕਾ ਇਹਨੂੰ ਕਿੱਦਾਂ ਇਨਫੋਰਮ ਕੀਤਾ ਜੀ ਤੁਸੀਂ ਪੁਲਿਸ ਨੂੰ ਉਸ ਨੂੰ 100 ਨੰਬਰ ਤੇ ਫੋਨ ਕੀਤਾ ਲੇਕਿਨ ਡੇਢ ਘੰਟੇ ਦੇ ਬਾਅਦ ਪੁਲਿਸ ਇੱਥੇ ਆਈ ਹੈ ਕਿਉਂਕਿ ਪੁਲਿਸ ਦਾ ਮੁਲਾਜ਼ਮ ਸੀਗਾ ਇਹ ਪੁਲਿਸ ਮੁਲਾਜ਼ਮ ਦੀ ਹੈਲਪ ਕੀਤੀ ਉਹਨਾਂ ਨੇ ਪੁਲਿਸ ਵਾਲਿਆਂ ਨੇ ਦੋ ਵਾਰੀ ਭੱਜਿਆ ਇਥੋਂ ਦੋਨੋ ਵਾਰੀ ਫੜ ਕੇ ਲਿਆ ਕੇ ਆਉਂਦੇ ਦੋ ਵਾਰੀ ਇੱਥੇ ਵਾਰੀ ਪੈ ਗਿਆ ਮੁੰਡਿਆਂ ਦੇ ਜੀ ਦੋ ਵਾਰੀ ਇਹਦੇ ਨਾਲ ਇਹ ਤਾਂ ਸਿਰਫ ਥੜੀਆਂ ਭੰਨੀਆਂ ਤੇ ਐਕਸਲ ਉਕਸਲ ਇਹਦਾ ਗੱਡੀ ਦਾ ਭੰਨਿਆ ਗਿਆ ਸਾਰਾ ਲੇਕਿਨ ਇਥੋਂ ਭੱਜਣ ਦੀ ਕੋਸ਼ਿਸ਼ ਕੀਤੀ ਇਹਨੇ ਗੱਡੀ ਸਮੇਤ ਉਹਦੇ ਵਿਚ ਇਹਨੂੰ ਜਾਣ ਨੀ ਦਿੱਤਾ ਸਾਰਿਆਂ ਨੇ ਪੂਰੇ ਮਹੱਲੇ ਨੇ ਇਹਨੂੰ ਪਕੜਿਆ ਸਾਰਿਆਂ ਨੇ ਹੈਲਪ ਕੀਤੀ ਹੈ ਔਰ ਤਾਂ ਇਹਨੂੰ ਉੱਥੇ ਰੋਕ ਕੇ ਰੱਖਿਆ ਹਾਂਜੀ ਇਹ ਬਲ ਭਾਰਤੀ ਸਕੂਲ ਦੇ ਨਾਲ ਹੈ ਜੀ ਅਰਬਨ ਵਿਹਾਰ ਏਰੀਆ ਤਿੰਨ ਨੰਬਰ ਗਲੀ ਕੀ ਮੰਗ ਕਰਦੇ ਪ੍ਰਸ਼ਾਸਨ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦੇ ਆ ਪੰਜਾਬ ਪੁਲਿਸ ਦਾ ਇਹ ਹਾਲ ਹੈ ਪਿੱਛੇ ਉਹ ਮੜ ਜੇ ਮਰਦੀ ਆ ਪਈ ਆ ਪੰਜਾਬ ਦੇ ਗਲੀਆਂ ਚ ਮਰਦੀ ਆ ਉਹ ਤਾਂ ਕਹਿੰਦੇ ਡਰੱਗ ਮਿਲਦੀਆਂ ਨਹੀਂ ਜੇ ਡਰੱਗ ਮਿਲਦੀਆਂ ਨਹੀਂ ਤੇ ਇਹਨਾਂ ਨੂੰ ਕਿੱਥੋਂ ਮਿਲ ਜਾਂਦੀਆਂ ਨੇ ਇਹ ਡਰੱਗਸ ਕਿੱਥੋਂ ਲੈ ਲੈਂਦੇ ਨੇ ਇਹ ਆਪ ਤਾਂ ਨਸ਼ੇੜੀ ਹੈਗੇ ਨੇ ਨਾਲ ਦੂਜੇ ਪਬਲਿਕ ਨੂੰ ਵੀ ਨਾਲ ਇਹ ਆਪ ਨਸ਼ਾ ਵੇਚਦੇ ਆ।